ਕੁਝ ਲੋਕ ਕਹਿੰਦੇ ਨੇ ਕਬਰਾਂ ਤੇ ਨਹੀਂ ਜਾਣਾ, ਕਬਰਾਂ ਤੇ ਕਿਉਂ ਜਾਂਦੇ ਹੋ, ਕਬਰਿਸਤਾਨ ਜਾਣਾ ਨਜਾਇਜ਼। ਮੈਂ ਉਹ ਗੱਲ ਕਰਨ ਲੱਗਾ ਕਬਰਿਸਤਾਨ ਜਾਣ ਵਾਲੀ ਕਿ ਅੱਜ ਦੀ ਰਾਤ ਜਦੋਂ 15 ਸ਼ਬਾਨ ਦੀ ਰਾਤ ਆਈ ਨਾ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਜੰਨਤੁਲ ਬਕੀ ਦੇ ਕਬਰਿਸਤਾਨ ਵਿੱਚ ਤਸ਼ਰੀਫ ਲੈ ਗਏ। ਆਪ ਕਬਰਿਸਤਾਨ ਗਏ ਤੇ ਹਜ਼ਰਤ ਆਇਸ਼ਾ ਪਾਕ ਵੀ, ਇਸ ਗੱਲ ਨੂੰ ਮੈਂ ਮੁਖਤਸਰ ਕਰ ਰਿਹਾ, ਆਪ ਦੇ ਪਿੱਛੇ ਚਲੀਆਂ ਗਈਆਂ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਆਇਸ਼ਾ ਤੈਨੂੰ ਪਤਾ ਅੱਜ ਦੀ ਰਾਤ ਕਿਹੜੀ ਰਾਤ ਹੈ? ਫਰਮਾਇਆ, ਹਜ਼ੂਰ ਅੱਲਾਹ ਤੇ ਅੱਲਾਹ ਦਾ ਰਸੂਲ ਬਿਹਤਰ ਜਾਣਦੇ ਨੇ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਆਇਸ਼ਾ ਅੱਜ ਦੀ ਰਾਤ ਉਹ ਰਾਤ ਹੈ ਅੱਲਾਹ ਤਾਲਾ ਪਹਿਲੇ ਆਸਮਾਨ ਤੇ ਤਸ਼ਰੀਫ ਲੈ ਕੇ ਆਉਂਦਾ ਔਰ ਸਾਰੀ ਰਾਤ ਪੁਕਾਰ ਪੁਕਾਰ ਕੇ ਕਹਿੰਦਾ, ਹੈ ਕੋਈ ਮੇਰੇ ਕੋਲੋਂ ਮਾਫ਼ੀ ਮੰਗਣ ਵਾਲਾ ਮੈਂ ਉਹਨੂੰ ਮਾਫ਼ ਕਰ ਦਿਆਂ, ਹੈ ਕੋਈ ਮੇਰੇ ਕੋਲੋਂ ਰਿਜ਼ਕ ਮੰਗਣ ਵਾਲਾ ਮੈਂ ਉਹਨੂੰ ਰਿਜ਼ਕ ਅਤਾ ਕਰ ਦਿਆਂ, ਅੱਜ ਦੀ ਰਾਤ ਹੈ ਕੋਈ ਮੇਰੇ ਕੋਲੋਂ ਔਲਾਦ ਮੰਗਣ ਵਾਲਾ ਮੈਂ ਉਹਨੂੰ ਔਲਾਦ ਅਤਾ ਕਰ ਦਿਆਂ। ਨਬੀ ਪਾਕ ਜਿਹੜੀ ਮੈਂ ਗੱਲ ਕਰਨ ਲੱਗਾ, ਕਬਰਿਸਤਾਨ ਤਸ਼ਰੀਫ ਲੈ ਗਏ, ਪਤਾ ਚੱਲਿਆ ਕਬਰਿਸਤਾਨ ਜਾਣਾ ਜਾਇਜ਼ ਹੈ ਔਰ ਨਬੀ ਪਾਕ ਨੇ ਇੱਕ ਮੌਕੇ ਤੇ ਕਬਰਿਸਤਾਨ ਜਾਣ ਤੋਂ ਮਨਾ ਵੀ ਕੀਤਾ। ਇਹ ਜਿਹੜੀ ਹਦੀਸ ਮੁਨਕਰ ਸੁਣਾਉਂਦੇ ਨੇ ਨਾ, ਦੇਖੇ ਜੀ ਇਹ ਕਿਤਾਬ ਮੈਂ ਲਿਖਾ ਹੈ ਕਿ ਨਬੀ ਪਾਕ ਨੇ ਫਰਮਾਇਆ ਕਬਰਿਸਤਾਨ ਨਾ ਜਾਇਆ ਕਰੋ, ਅਸੀਂ ਇਹਦੇ ਮੁਨਕਰ ਨਹੀਂ, ਨਬੀ ਪਾਕ ਨੇ ਫਰਮਾਇਆ ਨਾ ਜਾਇਆ ਕਰੋ। ਪਰ ਨਬੀ ਪਾਕ ਨੇ ਉਦੋਂ ਫਰਮਾਇਆ ਜਦੋਂ ਕਬਰਾਂ ਕਾਫਿਰਾਂ ਦੀਆਂ ਸਨ, ਜਦੋਂ ਕਾਫਿਰਾਂ ਦੀਆਂ ਕਬਰਾਂ ਸਨ, ਨਬੀ ਪਾਕ ਜਦੋਂ ਕਾਫਿਰ ਮਰ ਗਏ ਉਹਨਾਂ ਦੇ ਕੁਝ ਰਿਸ਼ਤੇਦਾਰ ਮੁਸਲਮਾਨ ਹੋ ਗਏ ਬਾਅਦ ਵਿੱਚ, ਉਹਨਾਂ ਦੀਆਂ ਕਬਰਾਂ ਤੇ ਜਾਂਦੇ ਸਨ, ਨਬੀ ਪਾਕ ਨੇ ਫਰਮਾਇਆ ਕਿ ਮੋਮਿਨ ਕਾਫਿਰ ਦੀ ਕਬਰ ਤੇ ਨਹੀਂ ਜਾ ਸਕਦਾ ਤੇ ਕਬਰਿਸਤਾਨ ਨਾ ਜਾਇਆ ਕਰੋ। ਜਦੋਂ ਮੁਸਲਮਾਨ ਸ਼ਹੀਦ ਹੋਏ ਤੇ ਨਬੀ ਪਾਕ ਆਪ ਵੀ ਤਸ਼ਰੀਫ ਲੈ ਕੇ ਜਾਂਦੇ ਰਹੇ ਕਬਰਿਸਤਾਨ ਔਰ ਗੁਲਾਮਾਂ ਨੂੰ ਵੀ ਕਹਿੰਦੇ ਰਹੇ, ਮੇਰੇ ਗੁਲਾਮੋ ਕਬਰਿਸਤਾਨ ਜਾਇਆ ਕਰੋ। ਇਸ ਵਾਸਤੇ ਜਦੋਂ ਤੁਸੀਂ ਕਬਰਾਂ ਨੂੰ ਵੇਖੋਗੇ, ਕਬਰਿਸਤਾਨ ਜਾਣ ਦਾ ਫਾਇਦਾ ਇਹ ਵੇ ਕਿ ਕਬਰਾਂ ਨੂੰ ਵੇਖ ਕੇ ਤੁਹਾਨੂੰ ਆਪਣੀ ਮੌਤ ਯਾਦ ਆ ਜਾਏ। ਜਦੋਂ ਤੁਹਾਨੂੰ ਆਪਣੀ ਮੌਤ ਯਾਦ ਆ ਜਾਏਗੀ, ਤੁਸੀਂ ਗੁਨਾਹ ਘੱਟ ਕਰ ਦਿਓਗੇ ਤੇ ਨੇਕੀਆਂ ਜ਼ਿਆਦਾ ਕਰਨੀਆਂ ਸ਼ੁਰੂ ਕਰ ਦਿਓ। ਪਹਿਲੇ ਮਨਾ ਕੀਤਾ ਜਦੋਂ ਕਾਫਿਰਾਂ ਦੀਆਂ ਕਬਰਾਂ ਸਨ, ਪਤਾ ਚੱਲਿਆ ਕਾਫਿਰਾਂ ਦੀਆਂ ਕਬਰਾਂ ਤੇ ਜਾਣਾ ਨਜਾਇਜ਼ ਹੈ, ਮੋਮਿਨਾਂ ਦੀਆਂ ਕਬਰਾਂ ਤੇ ਜਾਣਾ ਜਾਇਜ਼ ਹੈ। ਔਰ ਕਬਰਾਂ ਤੇ ਉਹ ਹੀ ਨਹੀਂ ਜਾਂਦੇ ਜਿਹੜੇ ਆਪਣੇ ਮਰਿਆਂ ਨੂੰ ਕਾਫਿਰ ਸਮਝਦੇ ਨੇ। ਅਲਹਮਦੁਲਿਲਾ ਅਸੀਂ ਵੀ ਮੋਮਿਨ ਆ, ਸਾਡੇ ਮਰਨ ਵਾਲੇ ਵੀ ਮੋਮਿਨ ਨੇ। ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਗੁਲਾਮੋ ਮੈਂ ਤੁਹਾਨੂੰ ਮਨਾ ਕੀਤਾ ਸੀ ਕਬਰਿਸਤਾਨ ਨਾ ਜਾਇਆ ਕਰੋ, ਪਰ ਹੁਣ ਮੈਂ ਇਜਾਜ਼ਤ ਦੇਣਾ ਕਬਰਿਸਤਾਨ ਜਾਇਆ ਕਰੋ। ਜਦੋਂ ਤੁਸੀਂ ਕਬਰਿਸਤਾਨ ਜਾਓਗੇ, ਕਬਰਾਂ ਨੂੰ ਵੇਖ ਕੇ ਆਪਣੀ ਮੌਤ ਯਾਦ ਆ ਜਾਏਗੀ। ਮੇਰੇ ਆਕਾ ਫਰਮਾਇਆ, ਗੁਲਾਮੋ ਇਹ ਕਬਰ ਤੋਂ ਹਾਲ ਤੋਂ ਖਾਲੀ ਨਹੀਂ, ਯਾ ਕਬਰ ਜੰਨਤ ਦੇ ਬਾਗਾਂ ਵਿੱਚੋਂ ਬਾਗੇ, ਯਾ ਕਬਰ ਜਹੰਨਮ ਦੇ ਗੜਿਆਂ ਵਿੱਚੋਂ ਗੜਾਏ। ਓਏ ਗੁਲਾਮੋ ਜਿਹੜੀ ਮੋਮਿਨ ਦੀ ਕਬਰ ਹੁੰਦੀ ਏ, ਹਜ਼ਰਾਤ ਤਵੱਜੋ ਕਰਿਆ ਜੇ, ਮੇਰੇ ਆਕਾ ਫਰਮਾਇਆ ਜਿਹੜੀ ਮੋਮਿਨ ਦੀ ਕਬਰ ਹੁੰਦੀ ਏ, ਜਿਹੜੀ ਮੋਮਿਨ ਦੀ ਕਬਰ ਹੁੰਦੀ ਏ ਉਹ ਜੰਨਤ ਦੇ ਬਾਗਾਂ ਵਿੱਚੋਂ ਬਾਗ ਹੁੰਦੀ ਏ। ਹਜ਼ਰਾਤ ਅਸੀਂ ਕਬਰਿਸਤਾਨ ਜਾ ਕੇ ਦੱਸਣੇ ਆ, ਓਏ ਲੋਕੋ ਅਸੀਂ ਉਹਨਾਂ ਕਬਰਾਂ ਤੇ ਆਏ ਆ ਜਿਹੜੀਆਂ ਮੋਮਿਨਾਂ ਦੀਆਂ ਨੇ, ਤੇ ਮੇਰੇ ਨਬੀ ਦੇ ਫਰਮਾਨ ਦੇ ਮੁਤਾਬਿਕ ਅਸੀਂ ਕਬਰਿਸਤਾਨ ਨਹੀਂ ਆਏ ਬਲਕਿ ਜੰਨਤ ਦੇ ਬਾਗਾਂ ਵਿੱਚ ਆਏ। ਨਬੀ ਪਾਕ ਦੇ ਫਰਮਾਨ ਦੇ ਮੁਤਾਬਿਕ ਅਸੀਂ ਜੰਨਤ ਦੇ ਬਾਗਾਂ ਵਿੱਚ ਜਾਂਦੇ ਹਾਂ। ਅੱਜ ਤੇ ਬੜੇ ਕਹਿੰਦੇ ਨੇ ਨਾ, ਨਬੀ ਪਾਕ ਹਮਾਰੇ ਜੈਸੇ ਨਬੀ ਕੋ ਨਹੀਂ ਮਾਨਣਾ ਚਾਹੀਏ, ਲੇਕਿਨ ਦੁਨੀਆ ਤੇ ਤਾਂ ਜ਼ਿੰਦਗੀ ਗੁਜ਼ਰ ਜਾਣੀ ਹੈ, ਅਜ਼ਾਬ ਤੇ ਅੱਲਾਹ ਕਾਫਿਰਾਂ ਨੂੰ ਵੀ ਨਹੀਂ ਪਿਆ ਦਿੰਦਾ, ਲੇਕਿਨ ਕਬਰ ਵਿੱਚ ਲੱਗ ਪਤਾ ਜਾਣ, ਕਿਉਂਕਿ ਕਬਰ ਵਿੱਚ ਫਰੇ ਪੈ ਜਾਣਾ ਇਹ ਖਾਸਾ ਦਾ ਤੇ ਆਮਾ ਦਾ ਬੁਲੰਦ ਆਵਾਜ਼ ਲੱਖ ਸੁਭਾਨ ਅੱਲਾਹ। ਕਬਰ ਵਿੱਚ ਫਰੇ
एक पहचाना ए खासा दा ते आमा दा कबर विच पर पहचाना ए खासा दा ते आमा दा कफन मैला नहीं हो ना मोहम्मद दे गुलामा दा कफन मैला नहीं हो ना इस गल ते फखर करता है कि असी नबी पाक दे गुलाम हां। ओ बाजू बुलंद करके पढ़े, बाजू बुलंद करो सारे। कयामत वाले दिन जदो जुबाना बंद हो जाए इन्ना बाजुआ ने खुदा दी बारगाह विच गवाहियां देनियां ने, इन्ना पैरां ने बोल बोल के गवाहियां देनियां ने। इंशाल्लाह उत्थे साडी भी गवाही पै जाएगी कि हाथ चुक के मौला तेरे नबी का जिक्र करते रहे। बुलंद आवाज नाल बाजू चुको। कफन मैला नहीं हो ना मोहम्मद दे गुलामा दा कफन मैला नहीं हो ना मोहम्मद दे दा कफन मैला नहीं हो ना मोहम्मद दे दा कफन मैला नहीं हो ना मोहम्मद दे। हजरत श्री शक्ति रहमतुल्लाह अलैह आप अल्लाह ताला दे बहुत बड़े बली गुजरे ने। आप एक दिन मंडी दे विचों दी गुजर रहे ने ते ओदो लोंडियां बिकदियां सन। आपने मंडी विच वेख्या कि एक मालिक ने लोंडी फड़ी है ते कमजोर जिहा ओदा जिस्म है, रंग भी ओदा काला है। आप दे दिल विच ख्याल आया एक कमजोर जी लोंडी है ते है भी बदसूरत है, इनू ते किसे नहीं खरीदना। ते जदों इनू किसे ना ना खरीदया इहदे दिल विच ख्याल आना कि मैनू मालिक ने एडा बदसूरत बनाया कि मैनू कोई खरीदन वास्ते भी तैयार नहीं। आपने उहदे मालिक नूं उहदी कीमत पुछी, कीमत अदा करके लोंडी नूं लैके अपने घर चले गए। जाके उहनूं कहा बीबी तैनूं मैं अपने काम काज वास्ते नहीं लियांदा, तू कोई ड्यूटी नहीं करनी, कोई नौकरी नहीं करनी, वो सामने तेरा कमरा है उत्थे तू रह, खुदा दी इबादत कर, जो खाना चाहनी है खा, आराम करना चाहनी है आराम कर, मैं तेनू पाबंद नहीं करता कि तेरी यह ड्यूटी है। अगर तेरी अपनी मर्जी होवे तो कोई काम कर दई, नहीं तो मेरी तरफ कोई कैद नहीं। आप फरमाते ने जदों रात का पिछला पैर होया ना, ये पिछला पैर हों बड़िया बरकत वाला है। बुलंद आवाज में बोलो सुभान अल्लाह। आप फरमाते ने रात का पिछला पैर होया, तो बेबी उठी तो उठ के नलके ते आ गई। मियां साहब रहमतुल्लाह अलैह ने बड़ी प्यारी नक्शाकशी फरमाई। आप फरमाते ने पिछली रात भी रब पुकार पुकार के कह रहा हुंदा उठो तो मेरे को माफी मांग लवो। आप फरमाते ने के पिछली रात पिछली रात ए रहमत रब दी ए करे बुलंद आवाज़ां ए बख्शिश मंगने वाले कारण ए खुला रहमत दा दरवाजा बख्शिश मंगने
खुला रहमत दा दरवाजा। आप फरमाते ने जो रात का पिछला पैर होया बीबी उठ के नलके ते आ गई, आके वजू कीता है, अपने कमरे विच चली गई, जाके मुसल्ला बिछा लिया, नफल अदा करन तो बाद हाथ चुक के दवा कर दिए, मौला जिन्ना तन्नू मेरे नल प्यारे, तन्नू उस प्यार दा वास्ता ही, खुला बीमार दी बीमारी दूर कर दे मौला, जिन्ना तन्नू मेरे नल प्यारे, तन्नू उस प्यार दा वास्ता ही, खुला परेशान दी परेशानी दूर कर दे मौला, जिन्ना तू मेरे नल प्यार करना है, तन्नू उस प्यार दा वास्ता ही, खुला इलाके दा कहत दूर कर दे। आप फरमांदे ने मैं बीबी दे कोल आ गया, आके मैं कह बीबी दुआ इंज नहीं करी दी जिवें तू पई करनी है, दुआ ते इंज करी दिए मौला, जिन्ना मैनू तेरे नल प्यार है, तैनू उस प्यार दा वास्ता ही, फुला बीमार दी बीमारी दूर कर दे मौला, जिन्ना मैनू तेरे नल प्यार है, तैनू उस प्यार दा वास्ता है, फुला परेशान दी परेशानी दूर कर दे। ए बीबी तू किवें कह सकनी है के खुदा तेरे नल प्यार कर दे, ओ बीबी कहंदी है ए श्री सकती अगर खुदा मेरे नल प्यार ना करदा ते कदी नहीं इस वेले मैनू सजदा करन दी तौफीक ना देंदा। फरमाया अगर खुदा मेरे नाल प्यार ना करदा ते मैनू सजदा करन दी तौफीक ना देंदा। ता चले जड़े बंदे नमाज पढ़दे ने खुदा उन्हां नू तौफीक दित्ती है ते आखो दी बारगाह विच सजदा कर।